तांतुर ग्रंथ से पाशा की मेरा मतलब भूत से किया जब जब बख्शिश कर देने सब किन्दने ब्रह्म ज्ञानी क्या एक क्या रंग सब किन्दने ब्रह्म ज्ञानी जिन्हें राप्ते ज्ञान भी चरण दिया होया सब किन्दने ब्रह्म ज्ञानी क्या एक क्या रंग उन्हे मानते हैं एक अकाल पुरुष की प्रीत है वो एक अंदर रंग भी चरण दिया होया एक अकाल पुरुष उन्हें जो भी उनके जीवन का कर्म है वो एक परिपूर्ण परमात्मा के हुक्म पीछे ब्रह्म ज्ञानी कह एक कह रहा ब्रह्म ज्ञानी कह बस है प्रभु सबको कितने ब्रह्म ज्ञानी जेड़ा है ना वो सदा प्रभु नु अपने संग जानदा है सदा प्रभु नु अपने नाल जानदा है रब उते तो कदे दूर नहीं होंदा वो संसार विच जिथे भी बैठा होवे वो परमात्मा नु हर थां ते हाजर राजर जानदा है ਤੇ ਜਦੋਂ ਕੋਈ ਜਾਣ ਲੈਂਦਾ ਹੈ ਨਾ ਸੱਚ ਜਾਣਿਓ ਜਿੱਦਣ ਰੱਬ ਨੂੰ ਅਸੀਂ ਹਾਜ਼ਰ ਨਾਜ਼ਰ ਜਾਣ ਲਵਾਂਗੇ ਉਦੋਂ ਅਸੀਂ ਸੰਸਾਰ ਦੇ ਅੰਦਰ ਕੋਈ ਆਗਣ ਨਹੀਂ ਕਰਾਂਗੇ ਉਹਦੇ ਨੇ ਅੱਖਾਂ ਕਦੀ ਮਾੜਾ ਨਹੀਂ ਦੇਖਣਗੀਆਂ ਉਹਦੇ ਨੇ ਜੀਵਾ ਕਦੀ ਨਿੰਦਾ ਕਿਸੇ ਦੀ ਚੁਗਲੀ ਨਹੀਂ ਕਰਨਗੀਆਂ ਉਹਦੇ ਨੇ ਇਹ ਕੰਨ ਕਿਸੇ ਦੀ ਨਿੰਦਾ ਨਹੀਂ ਸੁਣਨਗੇ ਡਰ ਹੋਏਗਾ ਨਾ ਦੇਖੋ ਡਰ ਹੋਏ ਬੰਦੇ ਨੂੰ ਕਿਉਂਕਿ ਪਤਾ ਹੈ ਕਿ ਰੱਬ ਮੇਰੇ ਕੋਲੋਂ ਬੈਠਾ ਹੈ ਅਜੇ ਤੇ ਡਰ ਗੁਰਦੁਆਰੇ ਆਏ ਤੇ ਸਾਡੇ ਮਨ ਚ ਡਰ ਹੈ ਇੱਥੇ ਆਏ ਤੇ ਡਰ ਹੈ जिहदे मन चो बाणी दे प्रति अदब नहीं सब कहिंदे नूं मेरा सिख ही नहीं हो सकता जिहदे मन चो बाणी क्योंकि बाणी नूं सतगुरु ने गुरु कहा है ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹਦੇ ਸਭ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਇੱਕ ਅਕਾਲ ਪੁਰਖ ਦੇ ਪ੍ਰਤੀ ਪਿਆਰ ਹੈ ਕਿਉਂ ਕਿਉਂਕਿ ਉਹਨੇ ਜਾਣ ਲਿਆ ਮੇਰਾ ਰੱਬ ਜੀ ਮੇਰੇ ਨਾਲ ਵੱਸਦਾ ਹੈ ਮੇਰਾ ਰੱਬ ਜੀ ਕਦੀ ਮੇਰੇ ਤੋਂ ਦੂਰ ਨਹੀਂ ਹੈ ਉਹ ਹਰ ਥਾਂ ਤੇ ਮੇਰੇ ਨਾਲ ਹੈ ਇਹੀ ਕਾਰਨ ਸੀ ਜਿਹੜੇ ਲੋਕ ਕੋਡੇ ਰਕਸ਼ਸ ਦੇ ਕੋਲੋਂ ਜਾਣ ਤੋਂ ਡਰਦੇ ਸਨ ਬਾਬਾ ਨਾਨਕ ਉੱਥੇ ਵੀ ਚਲਾ ਗਿਆ ਖਿਆਲ ਕਰਿਓ ਆਮ ਬੰਦਾ ਤੇ ਬਾਹ ਫੜ ਕੇ ਸ਼ਾਇਦ ਪਤਾ ਨਹੀਂ ਕਿੰਨੇ ਹੋਣਗੇ ਜਦੋਂ ਬਾਬਾ ਨਾਨਕ ਉਸ ਪਾਸੇ ਨੂੰ ਤੁਰਿਆ ਹੋਏਗਾ ਜਿਨ੍ਹਾਂ ਨੇ ਕਿਹਾ ਹੋਏਗਾ ਜੀ ਇੱਧਰ ਨਾ ਜਾਓ ਇੱਧਰ ਸੁਣਿਆ ਕੋਈ ਭੀਲ ਰਾਕਸ਼ਸ ਰਹਿੰਦਾ ਜਿਹੜਾ ਬੰਦਿਆਂ ਨੂੰ ਮਾਰ ਕੇ ਖਾ ਜਾਂਦਾ ਹੈ ਬਾਬਾ ਨਾਨਕ ਜੀ ਕਹਿਣ ਲੱਗੇ ਭਲਿਓ ਡਰ ਕੋਹਨੂੰ ਹੁੰਦਾ ਹੈ ਜਿਹਦੇ ਜਿਹਦਾ ਇੱਕ ਅਕਾਲ ਨਿਰਭਉ ਪਰਿਪੂਰਨ ਪਰਮਾਤਮਾ ਦੇ ਨਾਲ ਪਿਆਰ ਨਾ ਬਣਿਆ ਹੋਵੇ ਗੁਰੂ ਰਾਮਦਾਸ ਜੀ ਤਾਂ ਇਹ ਕਹਿੰਦੇ ਨਾ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਉਹਨਾਂ ਦਾ ਸਾਰਾ ਭੈ ਖਤਮ ਹੋ ਗਿਆ ਜਿਨ੍ਹਾਂ ਨੇ ਜਾਣਿਆ ਰੱਬ ਨਾਲ ਹੈ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਫਿਰ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਜੀਵਨ ਦਾ ਆਧਾਰ ਕੀ ਹੈ ਨਾਮ ਬ੍ਰਹਮ ਗਿਆਨੀ ਨੇ ਟੇਪ ਲੈ ਲਈਏ ਨਾਮ ਦੀ ਓਟ ਲੈ ਲਈਏ ਪਰਮਾਤਮਾ ਦੇ ਹੁਕਮ ਦੀ ਬ੍ਰਹਮ ਗਿਆਨੀ ਕਹਿ ਨਾਮ ਪ੍ਰਵਾਰ ਸਭ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਨਾਮ ਨਾਮ ਦਾ ਭਾਵੇ ਹੁਕਮ ਪਰਿਵਾਰ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਜਿਹੜਾ ਪਰਿਵਾਰ ਹੈ ਪਰਿਵਾਰ ਕਿਹੜਾ ਹੈ ਬ੍ਰਹਮ ਗਿਆਨੀ ਦਾ ਖਿਆਲ ਕਰਿਓ ਸਾਡੇ ਸਰੀਰ ਦੇ ਜਿਹੜੇ ਇੰਦਰੇ ਨੇ ਪਰਿਵਾਰ ਸਭ ਕਹਿੰਦੇ ਨੇ ਬ੍ਰਹਮ ਗਿਆਨੀ ਨੇ ਆਪਣੇ ਪਰਿਵਾਰ ਨੂੰ ਪਰਮਾਤਮਾ ਦੇ ਹੁਕਮ ਨਾਲ ਜੋੜ ਦੇ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਸਭ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਪਰਿਵਾਰ ਦੀ ਟੇਕ ਨਾਮ ਬਣ ਗਏ ਪਾਪ ਬ੍ਰਹਮ ਗਿਆਨੀ ਦੇ ਇੰਦਰਿਆਂ ਦਾ ਆਸਰਾ ਨਾਮ ਬਣ ਗਿਆ ਬ੍ਰਹਮ ਗਿਆਨੀ ਸਦਾ ਸਦ ਜਾਗਤ ਹੁਣ ਪਾਤਸ਼ਾਹ ਕਹਿੰਦੇ ਨੇ ਜਿਹੜਾ ਬ੍ਰਹਮ ਗਿਆਨੀ ਹੈ ਬ੍ਰਹਮ ਨੂੰ ਜਾਣਨ ਵਾਲਾ ਉਹ ਹੁਣ ਬ੍ਰਹਮ ਗਿਆਨੀ ਸਦਾ ਜਾਗਦਾ ਹੈ ਬ੍ਰਹਮ ਗਿਆਨੀ ਸਦਾ ਸਭ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲੂ ਪਾਤਸ਼ਾਹ ਕਹਿੰਦੇ ਨੇ ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਹੈ ਜੈਸੇ ਜਲ ਮੈਂ ਕਮਲ ਨਿਰਾਲੂ ਗੁਰਗਾਈ ਨਾ ਸ਼ਾਨੇ ਗੁਰਗਾਈ ਗੁਰਗਾਬੀ ਬੱਤਕ ਜਿਹਨੂੰ ਅਸੀਂ ਕਹਿੰਦੇ ਸਭ ਕਹਿੰਦੇ ਨੇ ਪਾਣੀ ਦੇ ਵਿੱਚ ਤਰਦੀਏ ਪਰ ਪਾਣੀ ਦੇ ਵਿੱਚ ਤਰਦਿਆਂ ਦੇ ਆਪਣੇ ਖੰਭਾਂ ਨੂੰ ਕਦੇ ਗਿੱਲਾ ਨਹੀਂ ਹੋਣ ਦਿੰਦੀ ਕਮਾਲ ਦੀ ਗੱਲ ਹੈ ਪਾਣੀ ਦੇ ਵਿੱਚ ਜਾ ਰਹੀਏ ਪਰ ਸਭ ਕਹਿੰਦੇ ਨੇ ਮੁਰਗਾਈ ਨਾ ਸ਼ਾਨੇ ਸਤਿਗੁਰ ਕਹਿੰਦੇ ਨੇ ਤੈਸੇ ਹੀ ਹਰ ਰਹਿ ਨਿਰਾਲ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸੇਵਕ ਹੈ ਰੱਬ ਦਾ ਭਗਤ ਹੈ ਬ੍ਰਹਮ ਗਿਆਨੀ ਹੈ ਉਹ ਆਪਣੇ ਆਪ ਨੂੰ ਸੰਸਾਰ ਦੀ ਮਾਇਆ ਦੇ ਮੋਹ ਦੇ ਵਿੱਚ ਗੁਲਤਾਨ ਨਹੀਂ ਹੋਣ ਦਿੰਦਾ ਉਹ ਆਪਣੇ ਆਪ ਨੂੰ ਇਹਨਾਂ ਵਿੱਚ ਛੱਡੈ ਜੁੜਨ ਨਹੀਂ ਦਿੰਦਾ ਇਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦਾ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਬ੍ਰਹਮ ਗਿਆਨੀ ਸਦਾ ਸਦ ਜਾਗਤ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਜਾਗਦਾ ਹੈ ਜਾਗਣ ਦਾ ਭਾਵੇ ਸਦਾ ਅਲਰਟ ਰਹਿੰਦਾ ਹੈ ਉਹ ਆਪਣਾ ਦੇ ਵਿੱਚ ਆਪਣੇ ਮਨ ਨੂੰ ਗੁਲਤਾਨ ਨਹੀਂ ਹੋਣ ਦਿੰਦਾ ਉਹ ਹਮੇਸ਼ਾ ਜਾਗਦਾ ਹੈ ਜਾਗਣ ਦਾ ਭਾਵੇ ਤਾਂ ਹੀ ਸਾਹਿਬ ਕਹਿੰਦਾ ਹੈ ਪਾਤਸ਼ਾਹ ਦੀ ਬਾਣੀ ਵਿੱਚ ਕਹਿੰਦੇ ਵੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਭ ਦੀ ਬਾਣੀ ਕਹਿੰਦੀ ਹੈ ਮੇਰਾ ਮਾਲਕ ਜਿਹੜਾ ਉਹ ਸਦਾ ਜਾਗਦਾ ਹੈ ਉਹ ਸਦਾ ਜਾਗਦਾ ਹੈ
ਅਸੀਂ ਕਈ ਵਾਰੀ ਨਾ ਬੱਚਿਆਂ ਨੂੰ ਦੇਖੋ ਕੋਈ ਵੀ ਗੱਲ ਨਾ ਜਦੋਂ ਸਾਡੇ ਬੱਚੇ ਕਈ ਵਾਰੀ ਪੁੱਛਦੇ ਨੇ ਤੇ ਅਸੀਂ ਜਦੋਂ ਰਾਤ ਨੂੰ ਸੁਖਾਸਨ ਕੀਤਾ ਜਾਂਦਾ ਮਹਾਰਾਜ ਮਹਾਰਾਜ ਦੇ ਸਰੂਪ ਉੱਪਰ ਜਾਂਦੇ ਨੇ ਜੇ ਸਾਡੇ ਬੱਚੇ ਕਈ ਵਾਰੀ ਸਵਾਲ ਕਰਦੇ ਨੇ ਜੀ ਹੁਣ ਬਾਬਾ ਜੀ ਸੋ ਗਏ ਅਸੀਂ ਕਹਿੰਦੇ ਹਾਂ ਹਾਂ ਸੋ ਗਏ ਮੈਂ ਕਈ ਵਾਰੀ ਕਈਆਂ ਸੰਤਾਂ ਨੂੰ ਸੁਣਿਆ ਕਹਿੰਦੇ ਹਾਂ ਕਿ ਨਹੀਂ ਸੋ ਗਏ ਹੁਣ ਬਾਬਾ ਜੀ ਇਹ ਬਾਬਾ ਜੀ ਕਿ ਸੋਨੇ ਦਾ ਕਮਰਾ ਹੈ ਮਾਂ ਬੱਚੇ ਨੂੰ ਸਮਝਾਉਂਦੀ ਬਾ ਮਾਂ ਕਹਿੰਦੀ ਕਿ ਬਾਬਾ ਜੀ ਤੇ ਸੋਣ ਦਾ ਕਮਰਾ ਹੈ ਧਿਆਨ ਦੇਣਾ ਪਹਿਲੀ ਗੱਲ ਤੇ ਸਾਡਾ ਗੁਰੂ ਸ਼ਬਦ ਹੈ ਨਾ ਇਹ ਜਾਗਦਾ ਹੈ ਇਹ ਹਮੇਸ਼ਾ ਜਾਗਦਾ ਹੈ ਇਹ ਕਦੇ ਸੁਣਦਾ ਨਹੀਂ ਖਿਆਲ ਕਰਿਓ ਗਿਆਨ ਦੇ ਵਿੱਚ ਜੁੜਿਆ ਹੋਇਆ ਬੰਦਾ ਜਿਹਨੂੰ ਕਿਸੇ ਚੀਜ਼ ਦੀ ਨੌਲੇਜ ਹੋ ਜਾਏ ਸਮਝ ਆ ਜਾਏ ਉਹ ਸਦਾ ਜਾਗਦਾ ਹੈ ਜਿਸ ਜ਼ਿਮੀਦਾਰ ਨੇ ਖੇਤੀ ਕਰਨੀ ਹੋਵੇ ਉਹਨੂੰ ਪਤਾ ਹੈ ਮੈਂ ਖੇਤੀ ਕਿਵੇਂ ਕਰਨੀ ਹੈ ਉਹ ਖੇਤਾਂ ਦੇ ਵਿੱਚ ਵੱਧ ਪਾਣੀ ਆਏਗਾ ਤੇ ਉਹ ਜਾਗੇਗਾ ਉਹਨੂੰ ਪਤਾ ਹੋਣੇ ਨੂੰ ਪਾਣੀ ਨੂੰ ਕਿਵੇਂ ਕੱਢਣਾ ਹੈ ਬਾਹਰ ਉਹਨੂੰ ਪਤਾ ਹੈ ਖੇਤਾਂ ਦੇ ਵਿੱਚੋਂ ਫਸਲ ਨੂੰ ਕਿਵੇਂ ਆਵਾਰਾ ਪਸ਼ੂਆਂ ਤੋਂ ਬਚਾਉਣਾ ਹੈ ਸਾਹਿਬ ਕਹਿੰਦੇ ਨੇ ਗੁਰੂ ਸਾਡਾ ਜਾਗਦਾ ਹੈ ਉਹ ਕਦੇ ਸੁਣਦਾ ਨਹੀਂ ਬੱਚਿਆਂ ਨੂੰ ਸਮਝਾਈਏ ਇਹ ਗੁਰੂ ਸਤਿਗੁਰੂ ਪਾਤਸ਼ਾਹ ਜੀ ਦਾ ਸੁਖ ਆਸਨ ਸਥਾਨ ਹੈ ਇਹ ਉਹ ਸਥਾਨ ਹੈ ਕਿਉਂਕਿ ਹੁਣ ਰਾਤ ਹੋ ਗਈ ਹੈ ਅਸੀਂ ਆਪਣੇ ਘਰ ਜਾਣਾ ਹੈ ਅਸੀਂ ਆਪਣੇ ਘਰ ਜਾ ਕੇ ਆਰਾਮ ਕਰਨਾ ਹੈ ਤੇ ਗੁਰਦੁਆਰੇ ਦੇ ਅੰਦਰ ਅਸੀਂ ਇਸੇ ਕਰਕੇ ਯਤਨ ਕਰਦੇ ਹਾਂ ਕਿ ਹੁਣ ਸਾਰੀ ਸੰਭਾਲ ਕਰਕੇ ਤੇ ਅਸੀਂ ਆਪਣੇ ਘਰ ਵਾਪਸ ਜਾਈਏ ਗੁਰੂ ਪਾਤਸ਼ਾਹ ਜੀ ਦੇ ਅਸੀਂ ਪਾਵਨ ਸਰੂਪ ਇਸੇ ਕਰਕੇ ਸੁਖਾਸਨ ਸਥਾਨ ਤੱਕ ਲੈ ਕੇ ਜਾਂਦੇ ਹਾਂ ਹੋਰ ਇਹਦਾ ਕੋਈ ਪਰਪਸ ਨਹੀਂ ਹੈ ਇਹਦਾ ਕੋਈ ਮਤਲਬ ਨਹੀਂ ਕਈ ਵਾਰੀ ਐਸਾ ਹੁੰਦਾ ਤਿੰਨ ਦਿਨ ਅਖੰਡ ਪਾਠ ਚੱਲਦਾ ਤੇ ਤਿੰਨੇ ਦਿਨ ਹੁਣ ਤਿੰਨ ਦਿਨ ਕਿਸੇ ਬੰਦੇ ਨੂੰ ਕਿਹਾ ਜਾਗਿਆ ਜਾਏ ਖਿਆਲ ਕਰਿਓ ਜਿਹਨੇ ਅਖੰਡ ਪਾਠ ਰਖਾਇਆ ਉਹ ਨਹੀਂ ਜਾਗਦਾ ਜਿਹਨੇ ਅਖੰਡ ਪਾਠ ਰਖਾਇਆ ਉਹ ਨਹੀਂ ਜਾਗਦਾ ਤਿੰਨ ਦਿਨ ਉੱਥੇ ਡਿਊਟੀਆਂ ਲੱਗਦੀਆਂ ਨੇ ਦੋ ਘੰਟੇ ਕੋਈ ਬੈਠ ਗਿਆ ਦੋ ਘੰਟੇ ਕੋਈ ਬੈਠ ਗਿਆ ਨਾ ਪਾਠ ਕਰਨ ਵਾਲਾ ਜੋ ਜਾਗਦਾ ਹੈ 40 ਘੰਟੇ ਤੇ ਜਾਗਦਾ ਕੌਣ ਹੈ ਗੁਰੂ ਜਾਗਦਾ ਹੈ ਨਾ ਕਿਉਂਕਿ ਗੁਰੂ ਕੋਲੋਂ ਤੇ ਜਦੋਂ ਕੋਈ ਆ ਕੇ ਬਹਿ ਜਾਏਗਾ ਫਿਰ ਸਤਿਗੁਰ ਦੇ ਅੰਮ੍ਰਿਤ ਦਾ ਸਮਾਂ ਹੈ ਇੱਥੇ ਤੇ ਜਦੋਂ ਕੋਈ ਆ ਕੇ ਕਹੇਗਾ ਵੀ ਮੇਰੇ ਮਾਲਕ ਮੈਨੂੰ ਅੰਮ੍ਰਿਤ ਚਾਹੀਦਾ ਤੇਰੇ ਚਰਨਾਂ ਵਿੱਚੋਂ ਗੁਰੂ ਕਹਿੰਦਾ ਬਹਿ ਗੋਦ ਵਿੱਚ ਜਿੰਨਾ ਮਰਜ਼ੀ ਪੀ ਲੈ ਸਤਿਗੁਰ ਦਾ ਗੁਰੂ ਅਰਜਨ ਦੇ ਪਿਤਾ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਕ ਬੁੱਧ ਅਹੰਕ ਬੁੱਧ ਅਹੰਕ ਕਹਿੰਦੇ ਨੇ ਅਹੰਕਾਰ ਨੂੰ ਬੁੱਧ ਮਤ ਸਤਿਗੁਰ ਕਹਿੰਦੇ ਨੇ ਜਿਹੜੀ ਅਹੰਕਾਰ ਵਾਲੀ ਮਤ ਹੈ ਨਾ ਬ੍ਰਹਮ ਗਿਆਨੀ ਬ੍ਰਹਮ ਦਾ ਗਿਆਨ ਰੱਖਣ ਵਾਲਾ ਉਸ ਮਤ ਦਾ ਤਿਆਗ ਕਰ ਦਿੰਦਾ ਹੈ ਉਹ ਕਦੇ ਹੰਕਾਰ ਵਿੱਚ ਨਹੀਂ ਰਹਿੰਦਾ ਉਹ ਆਪਣੇ ਮਨ ਵਿੱਚੋਂ ਹੰਕਾਰ ਨੂੰ ਦੂਰ ਕਰ ਲੈਂਦਾ ਹੈ ਬ੍ਰਹਮ ਗਿਆਨੀ ਆਮ ਬੁੱਧ ਤਿਆਗ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਮਨ ਵਿੱਚ ਪਰਮ ਆਨੰਦ ਪਰਮਾਨੰਦ ਦਾ ਭਾਵ ਹੁੰਦਾ ਹੈ ਪਰਮ ਆਨੰਦ ਉੱਚਾ ਆਨੰਦ ਉਹ ਖੇੜਾ ਜਿਹਨੂੰ ਸਤਿਗੁਰ ਕਹਿੰਦੇ ਨੇ ਆਨੰਦ ਤੋਂ ਵੀ ਉੱਚੀ ਅਵਸਥਾ ਦੇ ਇੱਕ ਨਹੀਂ ਹੁੰਦਾ ਸੰਸਾਰ ਦਾ ਸੁੱਖ ਇੱਕ ਇਸ ਤੋਂ ਅੱਗੇ ਮੇਰੇ ਸਾਹਿਬ ਨੇ ਕਿਹਾ ਆਨੰਦ 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 ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਇਸ ਤੋਂ ਅੱਗੇ ਇੱਕ ਅਵਸਥਾ ਹੈ ਪਰਮਾਨੰਦ ਪਰਮਾਨੰਦ ਦਾ ਭਾਵੇ ਵੀ ਹੁਣ ਮੈਂ ਪਰਮਾਤਮਾ ਦੇ ਨਾਲ ਇੱਕ ਹੋ ਗਿਆ ਉਹ ਮਾਲਕ ਪਰਮਾਨੰਦ ਹੈ ਉਹਨਾਂ ਦੇ ਚਰਨਾਂ ਸਰ ਕਹਿੰਦੇ ਨੇ ਬ੍ਰਹਮ ਗਿਆਨੀ ਜਿਹੜਾ ਨਾ ਉਹਦੇ ਅੰਦਰ ਮਨ ਵਿੱਚ ਹਮੇਸ਼ਾ ਉੱਚਾ ਆਨੰਦ ਪਰਮ ਆਨੰਦ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਸਰ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਘਰ ਦੇ ਅੰਦਰ ਪਾਪ ਬ੍ਰਹਮ ਗਿਆਨੀ ਦੇ ਸਰੀਰ ਦੇ ਅੰਦਰ ਗਿਆਨ ਇੰਦਰੀਆਂ ਦੇ ਅੰਦਰ ਸਦਾ ਆਨੰਦ ਹੈ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਪਾਤਸ਼ਾਹ ਕਹਿੰਦੇ ਨੇ ਰੱਬ ਦਾ ਪਿਆਰਾ ਸੁਖ ਵਿੱਚ ਸਹਿਜ ਸਹਿਜ ਕਹਿੰਦੇ ਨੇ ਆਤਮਕ ਅਡੋਲਤਾ ਮਨ ਦਾ ਅਡੋਲ ਹੋ ਜਾਣਾ ਮਨ ਦੀ ਭਟਕਣਾ ਖਤਮ ਹੋ ਜਾਣੀ ਸਤਿਗੁਰੂ ਕਹਿੰਦੇ ਨੇ ਨਿਵਾਸ ਬ੍ਰਹਮ ਗਿਆਨੀ ਸੁਖ ਦੇ ਅੰਦਰ ਆਤਮਕ ਅਡੋਲਤਾ ਦੇ ਅੰਦਰ ਨਿਵਾਸ ਕਰ ਲੈਂਦਾ ਹੈ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਤੇ ਜਿਹੜਾ ਇਹੋ ਜਿਹਾ ਬ੍ਰਹਮ ਗਿਆਨੀ ਸਤਿਗੁਰੂ ਕਹਿੰਦੇ ਉਹਦਾ ਕਦੇ ਵਿਨਾਸ਼ ਨਹੀਂ ਉਹਦੀ ਕਦੇ ਮੌਤ ਨਹੀਂ ਉਹ ਕਦੇ ਮਰਦਾ ਨਹੀਂ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਕਿਉਂ ਨਹੀਂ ਮਰਦਾ ਸਾਹਿਬ ਕਹਿੰਦੇ ਨੇ ਕਿਉਂਕਿ ਉਹ ਬ੍ਰਹਮ ਦਾ ਬੇਤਾ ਬਣ ਗਿਆ ਬੇਤਾ ਦਾ ਭਾਵ ਹੁੰਦਾ ਹੈ ਜਾਣਨ ਵਾਲਾ ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹ ਕਹਿ ਲੈਂਦਾ ਬੇਤਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬਾਣੀ ਵਿੱਚ ਕਈ ਜਗ੍ਹਾ ਤੇ ਸ਼ਬਦ ਵਰਤੇ ਹੈ ਸਤਿਗੁਰ ਨੇ ਬੇਤਾ ਦਾ ਅਰਥ ਹੈ ਜਾਣਨ ਵਾਲਾ ਬ੍ਰਹਮ ਗਿਆਨੀ ਨੇ ਬ੍ਰਹਮ ਨੂੰ ਅਕਾਲ ਪੁਰਖ ਨੂੰ ਜਾਣ ਲਿਆ ਹੈ ਬ੍ਰਹਮ ਗਿਆਨੀ ਏਕ ਸੰਗ ਹੇ ਏਕ ਸੰਗ ਹੇਤਾ ਹੇਤਾ ਹੇਤ ਸ਼ਬਦ ਤੋਂ ਨਿਕਲਿਆ ਜਿਹਨੇ ਹੇਤ ਦਾ ਭਾਵ ਹੁੰਦਾ ਪਿਆਰ ਬ੍ਰਹਮ ਗਿਆਨੀ ਦਾ ਪਿਆਰ ਇੱਕ ਅਕਾਲ ਪੁਰਖ ਦੇ ਚਰਨਾਂ ਨਾਲ ਬਣ ਜਾਂਦਾ ਹੈ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਮਨ ਵਿੱਚ ਹੁਣ ਚਿੰਤਾ ਨਹੀਂ ਬ੍ਰਹਮ ਗਿਆਨੀ ਅਚਿੰਤ ਹੋ ਗਿਆ ਉਹ ਹੁਣ ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਦਾ ਉਹਨੂੰ ਪਤਾ ਹੈ ਨਾ ਕਰ ਚਿੰਤ ਚਿੰਤਾ ਹੈ ਕਰਦੇ ਹਰ ਦੇਵੈ ਜਲ ਥਲ ਜੰਤਾ ਸ਼ਬਦ ਹੈ ਉਹ ਕਹਿੰਦੇ ਮੇਰੇ ਮਾਲਕ ਮੈਨੂੰ ਸਮਝ ਆ ਗਈ ਹੁਣ ਤੂੰ ਸਭ ਨੂੰ ਦੇਣ ਵਾਲਾ ਹੈ ਤੇ ਜੇ ਸਭ ਨੂੰ ਦੇਣ ਵਾਲਾ ਤੇ ਜਿਹੜਾ ਤੇਰੇ ਨਾਲ ਜੁੜਿਆ ਹੋਏਗਾ ਉਹ ਤੇਰੀਆਂ ਦਾਤਾਂ ਤੋਂ ਕਿਵੇਂ ਛਕਣਾ ਰਹਿ ਸਕਦਾ ਜੇ ਤੂੰ ਸਭ ਨੂੰ ਦੇਣ ਵਾਲਾ ਹੈ ਤੇ ਉਹਨੂੰ ਵੀ ਦੇਣ ਵਾਲਾ ਹੈ ਜਿਹੜਾ ਇੱਕ ਪੱਥਰ ਦੇ ਅੰਦਰ ਪਾਥਰ ਕੀਟ ਪਖਾਣੀ ਹੈ ਉਹਨੂੰ ਵੀ ਦੇਣ ਵਾਲਾ ਹੈ ਤੇ ਮੇਰੇ ਸਤਿਗੁਰ ਜੀ
ਇਸ ਸੰਸਾਰ ਦੇ ਅੰਦਰ ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਚਿੰਤਾ ਕਿਉਂ ਕਰਾਂ? ਤਾਂ ਇਹ ਸ਼ਬਦ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਇਹ ਅਵਸਥਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਦਿਲ ਬਲਵੰਤ, ਬ੍ਰਹਮ ਗਿਆਨੀ ਦਾ ਜਿਹੜਾ ਮਨ ਭਾਵ, ਬ੍ਰਹਮ ਗਿਆਨੀ ਦੇ ਅੰਦਰ ਦੀ ਜਿਹੜੀ ਵਿਚਾਰ ਹੈ ਮਨ, ਬ੍ਰਹਮ ਗਿਆਨੀ ਦਾ ਮਨ ਉਹ ਸੱਚੇ ਉਪਦੇਸ਼ ਦੇ ਨਾਲ ਜੁੜ ਜਾਂਦਾ ਹੈ, ਨਿਰਮਲ ਉਪਦੇਸ਼ ਦੇ ਨਾਲ ਜੁੜ ਜਾਂਦਾ ਹੈ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਪਾਤਸ਼ਾਹ ਕਹਿੰਦੇ ਨੇ ਗੁਰੂ ਆਪ ਕਿਰਪਾ ਕਰੇ। ਇਹ ਕੋਈ ਐਸਾ ਨਹੀਂ ਹੈ ਕਿ ਮੈਂ ਆਪ ਯਤਨ ਕਰਾਂ। ਖਿਆਲ ਕਰੋ, ਉਦਮ ਸਤਿਗੁਰ ਜੀ ਨੇ ਬਾਣੀ ਵਿੱਚ ਕਿਹਾ ਉਦਮ ਕਰੇ ਜੀਉ ਤੂੰ, ਪਰ ਉਦਮ ਕਰਨ ਦੀ ਵੀ ਇੱਕ ਅਵਸਥਾ ਹੈ। ਇੱਕ ਤੇ ਹੈ ਵੀ ਉਦਮ ਕੀਤਾ ਮੈਂ, ਪਰ ਉਦਮ ਕਰਦਿਆਂ ਕਰਦਿਆਂ ਮੇਰੇ ਆਪਣੇ ਮਨ ਵਿੱਚ ਹੋਵੇ ਆ ਗਈ ਜੀ ਨਹੀਂ ਭਲਿਆ, ਤੇਰੇ ਵਰਗਾ ਥੋੜਾ ਕੋਈ ਬੰਦਗੀ ਕਰਨ ਵਾਲਾ ਹੋ ਸਕਦਾ ਹੈ? ਤੂੰ ਤੇ ਬੜੀ ਬੰਦਗੀ। ਅਕਸਰ ਮਨੁੱਖ ਦੀ ਫਿਤਰਤ ਹੈ, ਸੁਭਾਅ ਹੈ, ਖਿਆਲ ਕਰਿਓ, ਮਨ ਸਾਡਾ ਐਸਾ ਹੈ ਜਿਹਨੂੰ ਕਿਤੇ ਧਰਮ ਦੇ ਪਾਸੇ ਥੋੜਾ ਜਿਹਾ ਕਦਮ ਵੱਧਦਾ ਹੈ ਤੇ ਫਿਰ ਇਹੋ ਜਿਹੀ ਗੱਲ ਮਨ ਅੰਦਰ ਅਕਸਰ ਪੈਦਾ ਹੋ ਜਾਂਦੀ ਹੈ। ਪਰ ਜਿਹੜਾ ਮਨੁੱਖ ਇਸ ਹਉਮੈ ਨੂੰ ਵੀ ਤਿਆਗ ਦਿੰਦਾ ਹੈ ਤੇ ਕਹਿ ਦਿੰਦਾ ਮੇਰੇ ਮਾਲਕ ਜੀ ਨਾ ਹਮ ਕੀਆ ਨਾ ਕਰੇਂਗੇ, ਸਭ ਤੋਂ ਨਾ ਮੈਂ ਕਰਨ ਵਾਲਾ ਬਾਬਾ ਕਬੀਰ ਸਾਹਿਬ ਜੀ ਦੇ ਵਿੱਚ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ। ਮੇਰੇ ਸਤਿਗੁਰ ਕਹਿੰਦੇ ਨੇ ਜੋ ਕਿਛ ਕੀਆ ਸੋ ਹਰ ਕੀਆ, ਜੋ ਕੁਝ ਕੀਤਾ ਮੇਰੇ ਮਾਲਕ ਨੇ। ਇਹਨਾਂ ਪਹਿਲੋ ਮਨੁੱਖ ਆਪਣੇ ਆਪ ਨੂੰ ਗਰੰਟੀ ਦੇ ਰਿਹਾ ਸੀ ਵੀ ਮੈਂ ਕਰਨ ਵਾਲਾ। ਇੱਕ ਅਵਸਥਾ ਵੀ ਹੁੰਦੀ ਵੀ ਸਤਿਗੁਰ ਕਹਿੰਦੇ ਨੇ ਮਨੁੱਖ ਕਹਿੰਦਾ ਵੀ ਸੰਸਾਰ ਦੇ ਅੰਦਰ ਹਮ ਕੀਆ ਹਮ ਕਰੇਂਗੇ ਹਮ ਮੂਰਖ, ਇਹ ਵੀ ਤੇ ਬਾਣੀ ਦੀ ਬਚਨ ਸਾਹਿਬ ਕਹਿੰਦੇ ਨੇ ਹਮ ਕੀਆ। ਇੱਕ ਅਵਸਥਾ ਸੀ ਕਹਿੰਦਾ ਸੀ ਮੈਂ ਕੀਤਾ ਹੈ, ਪਾਠ ਕੀਤਾ ਮੈਂ ਕੀਤਾ ਹੈ, ਸੰਪਾਣੀ ਦੇ ਨਾਲ ਜੁੜਿਆ ਮੈਂ ਜੁੜਿਆ, ਰਾਤ ਨੂੰ ਜਾ ਕੇ ਸੇਵਾ ਕੀਤੀ ਮੈਂ ਕੀਤੀ ਹੈ। ਇਹ ਵੀ ਇੱਕ ਅਵਸਥਾ ਹੈ ਮਨੁੱਖ ਇਸ ਪੜਾਅ ਤੋਂ। ਫਿਰ ਸਤਿਗੁਰੂ ਕਹਿੰਦੇ ਨੇ ਜਦੋਂ ਅਹੰ ਬੁੱਧ ਦਾ ਨਾਸ਼ ਹੋ ਗਿਆ ਨਾ, ਮਰ ਗਈ ਅੰਦਰੋਂ ਅਹੰਕਾਰ ਵਾਲੀ ਬਿਰਤੀ, ਫਿਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਤਾਂ ਹੀ ਜਦੋਂ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਨਾ, ਨੰਦ ਲਾਲ ਸੇਵਾ ਤੇ ਤੂੰ ਬੜੀ ਕੀਤੀ ਹੈ, ਇਸ ਗੱਲ ਵਿੱਚ ਕੋਈ ਲੋਰਾਵਾ ਨਹੀਂ, ਤੇਰੀ ਸੇਵਾ ਨੂੰ ਦੇਖ ਕੇ ਮਨ ਬੜਾ ਖੁਸ਼ ਹੋਇਆ। ਨੰਦ ਲਾਲ ਤੂੰ ਸੰਸਾਰ ਦੇ ਅੰਦਰੋਂ ਮੈਂ ਤੈਨੂੰ ਇਹ ਕਵਾਂ ਵੀ ਕੁਝ ਮੰਗ ਲੈ, ਤੂੰ ਕਿਹੜੀ ਸੰਸਾਰ ਦੀ ਚੀਜ਼ ਮੰਗੇਗਾ? ਜੇ ਮੈਂ ਤੈਨੂੰ ਆਖਾਂ ਵੀ ਮੇਰਾ ਮਨ ਕਰਦਾ ਤੈਨੂੰ ਕੁਝ ਦੇਵਾਂ ਤੇ ਕੀ ਚਾਹੀਦਾ ਹੈ ਤੈਨੂੰ? ਖਿਆਲ ਕਰਿਓ, ਜੇ ਕਿਤੇ ਬੰਦਾ ਹੰਕਾਰੀ ਬਿਰਤੀ ਵਾਲਾ ਹੋਵੇ, ਮੇਰੇ ਵਰਗਾ ਹੋਵੇ ਤੇ ਕਹੇਗਾ ਜੀ ਨਹੀਂ, ਫਿਰ ਸਤਿਗੁਰੂ ਜੀ ਬੜੀ ਖੁਸ਼ੀ ਕੀਤੀ ਜੇ ਤੇ ਕਿਰਪਾ ਕਰੋ ਮੈਨੂੰ ਆਹ ਵੀ ਦੇ ਦਿਓ, ਉਹ ਵੀ ਦੇ ਦਿਓ, ਆਹ ਫਲਾਣੀ ਚੀਜ਼ ਦੇ ਦਿਓ, ਆਹ ਚੀਜ਼ ਮਿਲ ਜਾਏ। ਅਕਸਰ ਸਾਡੀ ਮੰਗ ਗੁਰੂ ਦੇ ਚਰਨਾਂ, ਤਾਂ ਹੀ ਇੱਕ ਦੀਪ ਕਹਿੰਦਾ ਹੈ ਮੰਗਣਾ ਨਾ ਆਇਆ ਤੁਝ ਕੋ, ਬੰਦਿਆਂ ਤੈਨੂੰ ਰੱਬ ਕੋਲੋਂ ਮੰਗਣਾ ਹੀ ਨਹੀਂ ਆਇਆ। ਜਾਰੀ ਹੈ ਹਰ ਵਕਤ ਖਜ਼ਾਨਾ, ਉਹਦਾ ਖਜ਼ਾਨਾ ਹਰ ਵੇਲੇ, ਉਹਦੀ ਦੌਲਤ ਹਰ ਵੇਲੇ ਵੰਡੀ ਜਾ ਰਹੀ। ਜਿਹਨਾਂ ਤੈਨੂੰ ਮੰਗਣ ਦੀ ਜਾਂਚ ਆ ਗਈ, ਉਦੋਂ ਤੇਰੇ ਕੋਲ ਘਾਟ ਕੋਈ ਨਹੀਂ ਰਹਿਣੀ, ਤੇ ਜਿੰਨੀ ਦੇਰ ਤੈਨੂੰ ਮੰਗਣ ਦੀ ਜਾਂਚ ਨਹੀਂ ਆਈ, ਜਿੰਨਾ ਮਰਜ਼ੀ ਮੰਗਦਾ ਰਹਿ, ਸੰਸਾਰ ਦੇ ਪਦਾਰਥ ਤੈਨੂੰ ਜਿੰਨੇ ਮਰਜ਼ੀ ਮਿਲ ਜਾਣ, ਤੇਰਾ ਮਨ ਦਿਲ ਵੀ ਨਹੀਂ ਰਹਿੰਦਾ। ਹਕੀਕਤ ਹੈ ਨਾ, ਮੰਗ ਜਿੰਨੀ ਮਰਜ਼ੀ ਵੱਡੀ ਹੋ ਜਾਏ। ਮੇਰੇ ਸਤਿਗੁਰ ਕਹਿੰਦੇ ਨੇ ਜੀ ਬਚਨ, ਪਾਤਸ਼ਾਹ ਜੀ ਨੇ ਜਦੋਂ ਪੁੱਛਿਆ ਭਾਈ ਨੰਦ ਲਾਲ ਜੀ ਨੂੰ ਕੀ ਮੰਗਣਾ ਚਾਹੁੰਦੇ ਹੋ ਜੇ ਮੈਂ ਤੁਹਾਨੂੰ ਆਖਾਂ, ਮੇਰਾ ਮਨ ਕਰਦਾ ਹੈ ਕੁਝ ਦੇਵਾਂ, ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਸਤਿਗੁਰ ਕਿਰਪਾ ਕਰੋ ਦੌਲ ਤੇ ਜ਼ਬੀਦ ਬਾਸ਼ਦ ਬੰਦਗੀ, ਸਤਿਗੁਰ ਜੀ ਕਿਰਪਾ ਕਰੋ ਜੋ ਦੇਣਾ ਹੀ ਹੈ ਆਪਣੇ ਨਾਮ ਦੀ ਦੌਲਤ ਦੀ ਦਿਓ। ਸਾਹਿਬ ਕਹਿਣ ਲੱਗੇ ਭਲਿਆ, ਇਹ ਨਾਮ ਦੀ ਦੌਲਤ ਤੇ ਤੇਰੇ ਹਿਰਦੇ ਵਿੱਚ ਪਹਿਲਾਂ ਹੀ। ਸਤਿਗੁਰ ਕਹਿੰਦੇ ਨੇ ਬਸ ਕਿਰਪਾ ਕਰੋ ਮੇਰੇ ਮਾਲਕ ਜੀ। ਭਾਈ ਨੰਦ ਲਾਲ ਕਹਿੰਦੇ ਸਤਿਗੁਰ ਇਹ ਖਜ਼ਾਨਾ ਇੰਨਾ ਭਰਿਆ ਰਹੇ ਮੇਰੇ ਮਾਲਕ ਜੀ, ਕਦੇ ਮੇਰੇ ਮਨ ਦੇ ਅੰਦਰ ਅਹੰਗ ਨਾ ਦੇ। ਧੰਨ ਗੁਰੂ ਅਮਰਦਾਸ ਪਿਤਾ ਜੀ ਨੂੰ ਜੋਗੀ ਕਹਿੰਦੇ ਨੇ। ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਕੋਲ ਗੋਇੰਦਵਾਲ ਦੀ ਧਰਤੀ ਤੇ ਆਏ ਤੇ ਸਾਹਿਬ ਕਹਿੰਦੇ ਨੇ ਪਾਤਸ਼ਾਹ ਜੀ ਤੁਹਾਡੇ ਦਰ ਤੇ ਸੇਵਾ ਕਰਦੇ ਸਿੱਖਾਂ ਨੂੰ ਵੇਖਿਆ, ਤੁਹਾਡੇ ਦਰ ਤੇ ਲੰਗਰ ਚੱਲਦੇ ਵੇਖ ਲਏ ਨੇ, ਬੜੀ ਤੁਹਾਡੀ ਸੇਵਾ ਬੜੀ ਵੱਡੀ ਕਾਰਨਾ ਹੈ ਤੁਹਾਡੀ ਜਿਹੜੀ ਤੁਸੀਂ ਘਾਲਦੇ ਪਏ ਹੋ। ਸਾਡਾ ਵੀ ਮਨ ਕਰਦਾ, ਸਾਡੇ ਕੋਲ ਉਹਦੀ ਦੀਆਂ ਸਿੱਧੀਆਂ ਨੇ, ਸਾਡਾ ਵੀ ਮਨ ਕਰਦਾ ਤੁਹਾਨੂੰ ਕੁਝ ਦੇ ਕੇ ਜਾਈਏ। ਸਤਿਗੁਰ ਜੀ ਕੀ ਦੇਈਏ ਤੁਹਾਨੂੰ, ਕਿਹੜੀ ਚੀਜ਼ ਚਾਹੀਦੀ ਹੈ ਤੁਹਾਨੂੰ ਸਾਡੇ ਕੋਲ? ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿਣ ਲੱਗੇ ਭਲਿਓ, ਅਜੇ ਹੁਣੇ ਤੁਸੀਂ ਕਹਿੰਦੇ ਪਏ ਸੋ ਤੁਹਾਡੇ ਘਰ ਵਿੱਚ ਸਤਿਗੁਰ ਕਿਸੇ ਚੀਜ਼ ਦੀ ਤੋੜ ਨਹੀਂ, ਚਲੋ ਜੇ ਦੇਣਾ ਹੀ ਹੈ। ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿਣ ਲੱਗੇ ਜੋਗੀਆਂ, ਜੋਗੀ ਜੇ ਕੁਝ ਦੇਣਾ ਹੀ ਹੈ, ਚਲੋ ਅੱਜ ਤੁਹਾਡੇ ਕੋਲੋਂ ਕੁਝ ਮੰਗ ਹੀ ਲੈਂਦੇ ਹਾਂ। ਜੋਗੀ ਬੜੇ ਖੁਸ਼ ਹੋਏ, ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਜਿਨ੍ਹਾਂ ਦੇ ਚਰਨਾਂ ਵਿੱਚ ਦੁਨੀਆਂ ਆ ਕੇ ਝੁਕਦੀ ਪਈ ਹੈ ਉਹ ਸਾਡੇ ਕੋਲੋਂ ਮੰਗਣਗੇ। ਮਨ ਇਕਦਮ ਹੰਕਾਰ ਵਿੱਚ ਆ ਗਿਆ ਵੀ ਦੇਖੋ ਸਾਡੀ ਕਿੰਨੀ ਵਡਿਆਈ ਹੈ, ਕਿੱਥੇ ਤੇ ਗੁਰੂ ਨਾਨਕ ਪਿਤਾ ਜੀ ਜੋਗੀਆਂ ਦੇ ਕੋਲ ਬੈਠੇ ਸਨ ਤੇ ਜੋਗੀ ਗੁਰੂ ਨਾਨਕ ਦੇ ਮੁਰੀਦ ਹੋ ਗਏ ਸਨ, ਕਿੱਥੇ ਅੱਜ ਅਸੀਂ ਗੁਰੂ ਅਮਰਦਾਸ ਜੀ ਕੋਲ ਆਏ ਹਾਂ, ਗੁਰੂ ਅਮਰਦਾਸ ਸਾਡੇ ਕੋਲੋਂ ਕੁਝ ਮੰਗਣ ਲੱਗਾ। ਪਰ ਜਦੋਂ ਸਾਹਿਬ ਨੇ ਕਿਹਾ ਨਾ ਜੋਗੀ ਜੀ ਅਸੀਂ ਚਾਹੁੰਦੇ ਹਾਂ ਕੁਝ ਦਿਓ,
ਪਰ ਇੱਕ ਮੰਗ ਸਾਡੀ ਵੀ ਇਹ ਪਰ ਮੰਗੀ ਜਦੋਂ ਗੁਰੂ ਅਮਰਦਾਸ ਜੀ ਨੇ ਸਾਹਿਬ ਕਹਿਣ ਲੱਗੇ ਜੋਗੀ ਜੀ ਜੇ ਕੁਝ ਦੇ ਕੇ ਜਾਣਾ ਚਾਹੁੰਦੇ ਹੋ ਤੇ ਸਾਨੂੰ ਗਰੀਬੀ ਦੀ ਦਾਤ ਦੇ ਕੇ ਜਾਓ। ਧਿਆਨ ਦੇਣਾ ਜਿਹਨੂੰ ਸਾਹਿਬ ਕਹਿੰਦੇ ਨੇ ਗਰੀਬੀ ਕਦਾ ਹਮਾਰੀ। ਸਭ ਗੁਰੂ ਕਹਿੰਦੇ ਨੇ ਦੁਨੀਆਂ ਦੇ ਕੋਲ ਬੜੇ ਸ਼ਸਤਰ ਨੇ, ਦੁਨੀਆਂ ਦੇ ਕੋਲ ਖਿਆਲ ਕਰਿਓ ਲੜਾਈ ਉੱਥੇ ਹੈ ਜਿੱਥੇ ਦੋਵੇਂ ਧਿਰਾਂ ਅਹੰਕਾਰੀ ਹੋ ਜਾਣ, ਜਿੱਥੇ ਦੋਵੇਂ ਧਿਰਾਂ ਅਹੰਕਾਰੀ ਹੋ ਜਾ, ਜਿੱਥੇ ਇੱਕ ਝੁਕ ਜਾਏ ਨਾ ਕਦੇ ਨਹੀਂ ਠੀਕ ਹੈ ਜੀ। ਦੇਖੋ ਫਿਰ ਸਤਿਗੁਰ ਨੇ ਬਾਣੀ ਦੇ ਅੰਦਰ ਜਿਹੜੇ ਬਚਨ ਕੇ ਸਾਹਿਬ ਕਹਿੰਦੇ ਨੇ ਸਾਡੇ ਕੋਲ ਗਰੀਬੀ ਦੀ ਕਦਰ ਹੈ, ਗਰੀਬੀ ਦੀ, ਨਿਮਰਤਾ ਦੀ, ਹਲੀਮੀ ਦੀ। ਤੇ ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਨੇ ਜੇ ਕੁਝ ਦੇਣਾ ਹੈ ਤੇ ਜੋਗੀ ਜੀ ਆਹ ਦੇ ਕੇ ਜਾਓ ਸਾਨੂੰ ਗਰੀਬੀ। ਜੋਗੀ ਕਹਿਣ ਲੱਗੇ ਸਤਿਗੁਰ ਜੀ ਇਹ ਸਾਡੇ ਕੋਲੋਂ ਨਹੀਂ ਹੈ ਤੇ ਦਾਤ ਪੇ ਲਈ ਤੁਹਾਡੇ ਘਰ ਵਿੱਚ ਖੜੀ ਹੈ। ਇਹੀ ਬਚਨ ਸਾਹਿਬ ਜੀ ਕਹਿ ਰਹੇ ਨੇ ਵੀ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ, ਬ੍ਰਹਮ ਗਿਆਨੀ ਉਹ ਹੈ ਜਿਹਨੂੰ ਪ੍ਰਭੂ ਆਪ ਕਰੇ। ਐਸਾ ਨਹੀਂ ਹੈ ਸੰਸਾਰ ਦੇ ਅੰਦਰ ਕੋਈ ਡਿਗਰੀ ਮਿਲ ਗਈ ਤੇ ਸੰਤ ਬਣ ਗਿਆ, ਸੰਸਾਰ ਵਿੱਚੋਂ ਕੋਈ ਡਿਗਰੀ ਮਿਲੀ ਤੇ ਬ੍ਰਹਮ ਗਿਆਨੀ ਬਣ ਗਿਆ। ਸਭ ਕਹਿੰਦੇ ਨੇ ਬ੍ਰਹਮ ਗਿਆਨੀ ਉਹ ਹੈ ਜਿਹਨੂੰ ਗੁਰੂ ਆਪ ਕਰਦਾ ਹੈ ਤੇ ਜਿਹਨੂੰ ਗੁਰੂ ਆਪ ਕਰਦਾ ਹੈ। ਇੱਕ ਬਚਨ ਬਾਣੀ ਦਾ ਇਹ ਵੀ ਪੜ੍ਹ ਲਓ, ਜਿਹਨੂੰ ਗੁਰੂ ਆਪ ਕਰਦਾ ਹੈ ਸਤ ਜਾਣਿਓ ਆਪ ਕੀਤੇ ਹੋਏ ਨੂੰ। ਗੁਰੂ ਜਿਹਨੂੰ ਆਪ ਕਰਦੇ ਹੋ ਕਦੇ ਜਣਾਉਂਦਾ ਨਹੀਂ ਸੰਸਾਰ ਵਿੱਚ। ਹਕੀਕਤ ਜਿਹਨੂੰ ਗੁਰੂ ਆਪ ਕਰਦੇ ਹੋ ਕਦੀ ਸੰਸਾਰ ਵਿੱਚ ਨਹੀਂ ਜਣਾਏਗਾ, ਹਮੇਸ਼ਾ ਛੂਛਾ ਭਾਂਡਾ ਹੀ ਸੰਸਾਰ ਵਿੱਚ ਕਣਕਦਾ ਹੈ, ਬੋਲਦਾ ਹੈ। ਜਿਹੜਾ ਭਰਿਆ ਹੋਵੇ ਉਹ ਕਦੀ ਨਹੀਂ ਜੇ ਬੋਲਦਾ, ਉਹ ਆਪਣੇ ਆਪ ਪਿੱਛੇ ਹੋ ਜਾਂਦਾ ਹੈ। ਫਿਰ ਧੰਨ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਪਿਤਾ ਜੀ ਤਾਂ ਕਹਿ ਰਹੇ ਨੇ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਜਿਸ ਕਰੇ ਪ੍ਰਭੇ ਆਪ। ਫਿਰ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਬੜ ਪ੍ਰਤਾਪ, ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਇਹ ਵੱਡਾ ਪ੍ਰਤਾਪ ਹੈ, ਬੜ ਬੜ ਦਾ ਪਾਵੇ ਵੱਡਾ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਇਹ ਜਿਹੜਾ ਪ੍ਰਤਾਪ ਹੈ ਨਾ ਪਾਤਸ਼ਾਹ ਜੀ ਕਹਿੰਦੇ ਨੇ ਵੱਡਾ ਹੈ ਪਾਪ। ਬ੍ਰਹਮ ਗਿਆਨੀ ਦੇ ਜੀਵਨ ਦੀ ਇਹ ਜੁਗਤ ਬੜੀ ਵੱਡੀ ਹੈ, ਬ੍ਰਹਮ ਗਿਆਨੀ ਦਾ ਦਰਸ਼ ਬੜ ਭਾਗੀ ਪਾਏ। ਸਾਹਿਬ ਕਹਿੰਦੇ ਨੇ ਵੱਡੇ ਭਾਗ ਸ਼ਬਦ ਦੇ ਬੜ ਭਾਗੀ, ਵੱਡ ਭਾਗੀ ਨਹੀਂ ਬੱਬੇ ਨਾਲ ਨਹੀਂ, ਬੱਬੇ ਨਾਲ ਨਹੀਂ, ਵੱਡ ਭਾਗੀ ਪਾਈਏ। ਬ੍ਰਹਮ ਗਿਆਨੀ ਦਾ ਜਿਹੜਾ ਦਰਸ਼ਨ ਹੈ ਨਾ ਸਤਿਗੁਰੂ ਕਹਿੰਦੇ ਨੇ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਬ੍ਰਹਮ ਗਿਆਨੀ ਦਾ ਦਰਸ਼ਨ ਬੜੇ ਵੱਡੇ ਭਾਗਾਂ ਨਾਲ ਮਿਲਦਾ ਹੈ, ਉਹਨਾਂ ਨੂੰ ਨਸੀਬ ਹੁੰਦਾ ਹੈ ਜਿਹੜੇ ਆਪ ਇਸ ਜੁਗਤ ਨੂੰ ਆਪਣੇ ਜੀਵਨ ਵਿੱਚ ਵਰਤਾਉਂਦੇ ਹਨ, ਜਿਹੜੇ ਆਪ ਯਤਨ ਕਰਦੇ ਨੇ ਬਾਣੀ ਨਾਲ ਜੁੜਨ ਦਾ। ਫਿਰ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਸਾਹਿਬ ਕਹਿੰਦੇ ਨੇ ਇਹੋ ਜਿਹੇ ਬ੍ਰਹਮ ਗਿਆਨੀ ਤੋਂ ਮੈਂ ਸਦਾ ਅਲਿਹਾਰ ਹਾਂ, ਬ੍ਰਹਮ ਦੇ ਗਿਆਨ ਰੱਖਣ ਵਾਲੇ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ। ਸਤਿਗੁਰੂ ਜਿਹਨੇ ਤੈਨੂੰ ਜਾਣ ਲਿਆ ਹੈ ਅਕਾਲ ਪੁਰਖ ਜੀ, ਉਸ ਬ੍ਰਹਮ ਗਿਆਨੀ ਤੋਂ ਮੈਂ ਕੁਰਬਾਨ ਜਾਂਦਾ ਹਾਂ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਨੂੰ ਤੇ ਦੁਨੀਆਂ ਦੇ ਅੰਦਰ ਸ਼ਿਵਜੀ ਵਰਗੇ ਮਹੇਸ਼ਰ, ਮਹੇਸ਼ਰ ਦਾ ਪਾਵੇ ਮਹਾ ਈਸ਼ਰ, ਮਹਾ ਕਹਿੰਦੇ ਨੇ ਵੱਡੇ ਨੂੰ ਤੇ ਬਾਣੀ ਦੇ ਅੰਦਰ ਮਹੇਸ਼ਰ ਸ਼ਬਦ ਜਿਹੜਾ ਸਤਿਗੁਰੂ ਨੇ ਵਰਤਿਆ ਤੇ ਉੱਤੇ ਅਰਥ ਨੇ ਸ਼ਿਵ। ਸਾਹਿਬ ਕਹਿੰਦੇ ਨੇ ਐਸੇ ਬ੍ਰਹਮ ਗਿਆਨੀ ਦੇ ਲਈ ਤੇ ਦੇਵਤੇ ਸ਼ਿਵ ਜੀ ਵਰਗੇ ਦੇਵਤੇ ਆਦਿਕ ਵੀ ਤਰਸਦੇ ਨੇ, ਤਾਂ ਹੀ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ। ਸ਼ਿਵ ਕਹਿੰਦੇ ਨੇ ਭਲਿਆ ਆ ਦੇਹੀ, ਦੇਹੀ ਨੂੰ ਸਰੀਰ ਨੂੰ ਤੇ ਦੇਵਤੇ ਵੀ ਤਰਸਦੇ ਨੇ ਵੀ ਮਿਲ ਜਾਏ ਰੱਬ ਦੀ ਬੰਦਗੀ ਕਰੀਏ, ਪਰ ਜਿਹਨਾਂ ਨੂੰ ਮਿਲੀਏ ਭਗਤ ਜੀ ਕਹਿੰਦੇ ਨੇ ਉਹਨਾਂ ਨੂੰ ਸਾਰੀ ਕੋਈ ਨਹੀਂ, ਉਹਨਾਂ ਨੂੰ ਪਤਾ ਹੀ ਕੋਈ ਨਹੀਂ। ਗੁਰੂ ਅਰਜਨ ਦੇਵ ਪਿਤਾ ਕਹਿੰਦੇ ਨੇ ਬ੍ਰਹਮ ਗਿਆਨੀ ਕੋ ਖੋਜੈ, ਖੋਜਣ ਦਾ ਭਾਵ ਹੀ ਖੋਜੈ, ਖੋਜਣਾ ਲੱਭਣਾ। ਜਿਹਨੂੰ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਤੇਰਾ ਨਾਮ ਅੰਮ੍ਰਿਤ ਦੇ ਸੁਰ ਨਰ ਹੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ। ਇਹਦੇ ਚਰਨਾਂ ਵਿੱਚੋਂ ਇਹ ਦਾਤ ਮਿਲੀਏ। ਸਤਿਗੁਰ ਅੰਤ ਵਿੱਚ ਕਹਿੰਦੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਜਿਹੜਾ ਨਾ ਬ੍ਰਹਮ ਨੂੰ ਜਾਣਨ ਵਾਲਾ ਉਹ ਤੇ ਆਪ ਰੱਬ ਦਾ ਰੂਪ ਹੈ। ਤਾਂ ਹੀ ਭੱਟ ਕਹਿੰਦੇ ਨੇ ਨਾ ਧੰਨ ਗੁਰੂ ਨਾਨਕ ਪਿਤਾ ਜੀ ਦੇ ਬਾਬਤ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ। ਧੰਨ ਗੁਰੂ ਨਾਨਕ ਪਿਤਾ ਜੀ ਤੁਸੀਂ ਜੋਤ ਰੂਪ ਹੋ ਮੇਰੇ ਮਾਲਕ, ਤੁਸੀਂ ਜੋਤ ਰੂਪ, ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ। ਫਿਰ ਕਹਿੰਦੇ ਨੇ ਤਾਂ ਤੇ ਅੰਗਦ ਭਇਓ, ਇਸ ਜੋਤ ਤੋਂ ਦੂਜੀ ਜੋਤ ਜਗੀ ਅੰਗਦ, ਗੁਰੂ ਅੰਗਦ ਦੇਵ ਪਿਤਾ ਜੀ। ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ, ਜਿਹਨੂੰ ਅਸ਼ ਤਤ ਅੰਨ ਤਤ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਮਿਲ ਗਏ ਤਤ ਸਿਉਂ ਤਤ ਮਿਲਾਇਓ। ਫਿਰ ਕਹਿੰਦੇ ਨੇ ਅੰਗਦ, ਹੁਣ ਤੀਜੀ ਜੋਤ ਜਗੀ ਇਸੇ ਜੋਤ ਤੋਂ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਜੋਤ ਜਗ ਗਈ। ਫਿਰ ਕਹਿੰਦੇ ਨੇ ਅਮਰਦਾਸ ਅੰਮ੍ਰਿਤ ਛਤਰ ਗੁਰੂ ਨਾਨਕ ਦੀਓ, ਗੁਰੂ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਵੈਦ ਪੰਚ ਪ੍ਰਮਾਣ। ਪਾਤਸ਼ਾਹ ਜੀ ਦੇ ਬਾਬਤ ਕਹਿੰਦੇ ਨੇ ਮੇਰੇ ਸਤਿਗੁਰ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਗੁਰ ਅਰਜਨ ਭਿਖੋ ਨੈਣ, ਸਤਿਗੁਰ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਹੁਣ ਉਹੀ ਜੋਤ ਅੱਜ ਤੁਹਾਡੇ ਅੰਦਰ ਦਿਖੀ ਹੈ ਤੇ ਸਤਿਗੁਰ ਅੱਜ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ,
ਤੁਹਾਡੇ ਦਰਸ਼ਨ ਕਰ ਲਏ ਨੇ ਤੇ ਮੇਰੇ ਮਾਲਕ ਅਸੀਂ ਰੱਬ ਦੇ ਦਰਸ਼ਨ ਕਰ ਲਏ ਨੇ ਤਾਂ ਹੀ ਤੇ ਭੱਟ ਕਿਵੇਂ ਨੇ ਮੇਰੇ ਸਤਿਗੁਰੂ ਜੀ ਜੇ ਮੈਂ ਸੰਸਾਰ ਦੇ ਅੰਦਰ ਜਦੋਂ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਵਿੱਚ ਜੁੜਿਆ ਭੱਟ ਕਹਿੰਦਾ ਸਤਿਗੁਰ ਪਾਤਸ਼ਾਹ ਜੀ ਮੈਂ ਜਦੋਂ ਤੁਹਾਡੇ ਦੀਦਾਰ ਕਰਨਾ ਤੁਹਾਡੇ ਦਰਸ਼ਨ ਕਰਨਾ ਤੇ ਮੇਰੇ ਸਤਿਗੁਰੂ ਜੀ ਮੈਨੂੰ ਸਮਝ ਆ ਜਾਂਦੀ ਵੀ ਮੈਂ ਤੁਹਾਡੇ ਦਰਸ਼ਨ ਕੀਤੇ ਨੇ ਮੈਂ ਅਕਾਲ ਪੁਰਖ ਦੇ ਦਰਸ਼ਨ ਕਰ ਲਏ ਜਿਹਨੂੰ ਭਾਈ ਨਾਥ ਲਾਲ ਜੀ ਕਹਿੰਦੇ ਨਾ ਉਮਾਨਾ ਨਿਰੰਜਨ ਨਿਰੰਕਾਰ ਰੂਪ ਮੇਰੇ ਸਤਿਗੁਰ ਧੰਨ ਗੁਰੂ ਨਾਨਕ ਪਿਤਾ ਜੀ ਤੁਸੀਂ ਤੇ ਅਕਾਲ ਪੁਰਖ ਦਾ ਰੂਪ ਹੋ ਤੁਸੀਂ ਪਰਿਪੂਰਨ ਪਰਮਾਤਮਾ ਉਸ ਅਕਾਲ ਪੁਰਖ ਮਾਲਕ ਦਾ ਰੂਪ ਹੋ ਜੋਤ ਹੋ ਇੱਥੇ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੱਬ ਜੀ ਦਾ ਰੂਪ ਹੈ ਕਿਉਂਕਿ ਉਹਨੇ ਮਾਲਕ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਟੇਕ ਬਣਾ ਲਿਆ ਔਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸ ਅਵਸਥਾ ਤੱਕ ਪਹੁੰਚਣਾ ਹੈ ਤੇ ਤੈਨੂੰ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਹੁਕਮ ਨੂੰ ਵਿਚਾਰਨਾ ਪਏਗਾ ਸਮਝਣਾ ਪਏਗਾ ਔਰ ਇਹੀ ਬਚਨ ਧੰਨ ਗੁਰੂ ਨਾਨਕ ਪਿਤਾ ਜੀ ਨੇ ਆਪਣੇ ਸਮੁੱਚੇ ਜੀਵਨ ਕਾਲ ਦੇ ਦੌਰਾਨ ਸਾਡੀ ਚੋਲੀ ਵਿੱਚ ਪਾਏ ਕਿਉਂਕਿ ਅਸੀਂ ਕੱਲ੍ਹ ਸਾਹਿਬਾਨ ਦਾ ਪਾਵਨ ਜੋਤੀ ਜੋਤਿਆ ਮਨਾ ਕੇ ਗਏ ਹਾਂ ਔਰ ਜਿੱਦਣ ਮੇਰੇ ਸਤਿਗੁਰ ਧੰਨ ਗੁਰੂ ਨਾਨਕ ਪਿਤਾ ਜੀ ਕਰਤਾਰਪੁਰ ਦੀ ਧਰਤੀ ਤੇ ਜੋਤੀ ਜੋਤ ਸਮਾਏ ਉਦੋਂ ਇਹੀ ਜੋਤ ਭਾਈ ਬਹਿਣੇ ਦੇ ਹਿਰਦੇ ਵਿੱਚ ਟਿਕਾਈ ਹਾਂ ਭਾਵਾਂ ਕਿ ਸਾਡੇ ਵਰਗੇ ਮੂਰਖਾਂ ਨੇ ਬੜਾ ਯਤਨ ਕੀਤਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਜੋਤੀ ਜੋਤ ਸਮਾਏ ਉਦੋਂ ਵੀ ਝਗੜਾ ਕਰਕੇ ਬਹਿ ਗਏ ਵੀ ਇੱਕ ਕਹਿੰਦੇ ਅਸੀਂ ਸੰਸਕਾਰ ਕਰਨਾ ਹੈ ਦੂਜੇ ਕਹਿੰਦੇ ਜੀ ਅਸੀਂ ਦਫਨਾਉਣਾ ਹੈ ਧੰਨ ਗੁਰੂ ਨਾਨਕ ਪਿਤਾ ਜੀ ਫਿਰ ਆਪਸ ਵਿੱਚ ਗੱਲਬਾਤ ਝਗੜਾ ਕਰਦਿਆਂ ਗੱਲ ਆ ਗਈ ਵੀ ਚਲੋ ਸੰਸਕਾਰ ਕੀਤਾ ਜਾਏ ਕਰ ਲਿਆ ਫਿਰ ਗੱਲ ਆ ਗਈ ਵੀ ਇੱਕ ਕਹਿੰਦਾ ਅਸੀਂ ਕਬਰ ਬਣਾਉਣੀ ਹੈ ਦੂਜਾ ਕਹਿੰਦਾ ਅਸੀਂ ਡੇਰਾ ਬਣਾਉਣਾ ਹੈ ਇੱਕ ਦੀਵਾਰ ਸਾਂਝੀ ਬਣਾ ਦਿੱਤੀ ਗਈ ਪਰ ਰਾਵੀ ਨੇ ਇਤਿਹਾਸ ਲਿਖਦਾ ਹੈ ਕਿ ਰਾਵੀ ਨੇ ਪਾਣੀ ਦਾ ਇੰਨਾ ਵਹਾਅ ਵਧਿਆ ਕਿ ਉਹ ਦੀਵਾਰ ਵੀ ਜਿਹੜੀ ਬਣਾਈ ਗਈ ਉਹ ਵੀ ਪਾਣੀ ਦੇ ਵਿੱਚ ਰਹਿ ਗਈ ਸੱਤ ਨਿਆਣੇ ਜਿਸ ਰਾਵੀ ਦੇ ਕੰਢੇ ਤੇ ਬਾਬੇ ਨੇ ਬਹਿ ਕੇ ਅਕਾਲ ਪੁਰਖ ਦੇ ਗੀਤ ਗਾਏ ਹੋਣ ਉਹ ਰਾਵੀ ਜਿਸ ਰਾਵੀ ਦੇ ਕੰਢੇ ਤੇ ਬਹਿ ਕੇ ਬਾਬੇ ਨਾਨਕ ਨੇ ਦੁਨੀਆਂ ਦੇ ਮਨਾਂ ਦੇ ਵਿੱਚੋਂ ਦੁਵੈਤ ਕੱਢਿਆ ਹੋਵੇ ਉਹ ਰਾਵੀ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਵੀ ਇਹ ਬਾਬੇ ਨਾਨਕ ਦੇ ਉਹ ਬਾਬਾ ਨਾਨਕ ਜਿਹੜਾ ਮਨਾਂ ਦੀਆਂ ਦੀਵਾਰਾਂ ਤੋੜ ਕੇ ਇੱਕ ਅਕਾਲ ਪੁਰਖ ਨਾਲ ਜੁੜਦਾ ਰਿਹਾ ਲੋਕ ਉਹਦੀਆਂ ਦੀਵਾਰਾਂ ਉਹਦੀ ਇੱਕ ਸਾਂਝੀ ਦੀਵਾਰ ਬਣਾ ਕੇ ਤੇ ਉਹਨੂੰ ਦੀਵਾਰ ਵਿੱਚ ਲੱਭਣ ਦਾ ਯਤਨ ਕਰ ਰਾਵੀ ਨੇ ਉਹ ਦੀਵਾਰ ਹੀ ਢਾ ਦਿੱਤੀ ਔਰ ਯਤਨ ਕੀਤਾ ਗਿਆ ਬੜੀ ਬੜੀ ਪਰ ਖਿਆਲ ਕਰਿਓ ਰਾਵੀ ਨੇ ਪੇਸ਼ ਨਹੀਂ ਜਾਣ ਦਿੱਤੀ ਅੱਜ ਤੱਕ ਬਾਬੇ ਨਾਨਕ ਦੀ ਉਹ ਯਾਦਗਾਰ ਦੀ ਮਨ ਸਕੀ ਰਾਵੀ ਨੇ ਉਹਨੂੰ ਆਪਣੇ ਵਿੱਚ ਸਮੋਲਿਆ ਗੁਰੂ ਕਿਰਪਾ ਕਰੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਆਪ ਬਾਣੀ ਨਾਲ ਜੁੜਨ ਦੀ ਅੰਮ੍ਰਿਤ ਬਚਨਾਂ ਨਾਲ ਜੁੜਨ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਣ ਤਾਂ ਕਿ ਸਾਹਿਬ ਦੇ ਪੜ੍ਹੇ ਹੋਏ ਬਚਨ ਸੁਣੇ ਹੋਏ ਬਚਨ ਸਾਡੇ ਜੀਵਨ ਦਾ ਆਧਾਰ ਬਣਨ ਗੁਰੂ ਕਿਰਪਾ ਕਰੇ ਹੋਈਆਂ ਗਲਤੀਆਂ ਬਖਸ਼ਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤੀਜਾ ਨਾਨਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਨਾ ਪਾਇਆ।